जी गुड मॉर्निंग। हेलो, वेलकम टू आवर चैनल नव हैप्पी पुलर। ते उम्मीद करते हैं सारे बहुत वधिया होंगे। ओह, मेरा हेडफोन डिग पिया। हाँ, ते आज अपन पहला जाना है ग्रोसरी करन, ते उस तो बाद अपन काम ते जाना। ਅਤੇ ਹਵਾ ਬੜੀ ਆਈ ਜਾਂਦੀ ਹੈ ਅਤੇ ਤੁਸੀਂ ਫਿਰ ਰੌਲਾ ਪਾਉਣਾ, ਆਵਾਜ਼ ਨਹੀਂ ਆਉਂਦੀ। ਇੱਕ ਤਾਂ ਮੇਰੀ ਆਵਾਜ਼ ਉਹਨੂੰ ਨਿਕਲਦੀ ਹੋਣੀ, ਬੋਲਦੀ ਤਾਂ ਉੱਚੀ ਆਵਾਜ਼, ਪਤਾ ਨਹੀਂ ਆਵਾਜ਼। ਅਤੇ ਆਪਾਂ ਜਾ ਰਹੇ ਹਾਂ ਫਿਰ ਗਰੋਸਰੀ ਕਰਨ। ਅਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦੀ ਹਾਂ ਕਿ ਆਪਣੀ ਇੱਥੇ ਬੜੀ ਜ਼ਿਆਦਾ ਹੈਲਪ ਹੁੰਦੀ ਪਈ। ਇਹ ਤਾਂ ਆਪਾਂ ਜੀ ਇੰਨੀ ਜ਼ਿਆਦਾ ਹੈਲਪ ਹੁੰਦੀ ਪਈ, ਤੁਹਾਨੂੰ ਦੱਸ ਨਹੀਂ ਸਕਦੇ। ਮੈਂ ਨਾ ਥੋੜ੍ਹਾ ਜਿਹਾ ਹੈਵੀ ਸਮਾਨ ਲੈਣ ਜਾਣਾ ਸੀ, ਜਿਵੇਂ ਆਟਾ ਉਟਾ ਹੁੰਦਾ ਹੈ ਨਾ, ਨਹੀਂ ਚੱਕਿਆ ਜਾਂਦਾ ਬੱਸ ਵਗੈਰਾ 'ਤੇ। ਮੈਂ ਰਾਜਵੀਰ ਹੋਣਾਂ ਨੂੰ ਕਾਲ ਕਰ ਦਿੰਦੀ ਹੁੰਦੀ ਹਾਂ ਅੱਗੇ ਵੀ, ਜਦੋਂ ਕਦੇ ਲੋੜ ਪਵੇ ਹੈ ਨਾ, ਉਦੋਂ ਹੀ ਉਹ ਆ ਜਾਂਦੀ। ਉਹਨਾਂ ਨੇ ਕਦੇ ਵੀ ਜਵਾਬ ਨਹੀਂ ਦਿੱਤਾ, ਕਦੇ ਵੀ ਨਹੀਂ ਹੈ ਨਾ। ਅਤੇ ਚਲੋ, ਉਹਨਾਂ ਦੇ ਮੂੰਹ 'ਤੇ ਮੈਨੂੰ ਜ਼ਿਆਦਾ ਇੰਨਾ ਬੋਲਿਆ ਨਹੀਂ ਜਾਂਦਾ ਹੁੰਦਾ, ਪਰ ਫਿਰ ਵੀ ਰਾਜਵੀਰ ਥੈਂਕ ਯੂ ਸੋ ਮੱਚ, ਸੱਚੀ ਬਹੁਤ ਜ਼ਿਆਦਾ ਥੈਂਕ ਯੂ। ਕਿ ਜਦੋਂ ਮੈਨੂੰ ਥੋੜ੍ਹੀ ਜਿਹੀ ਵੀ ਲੋੜ ਹੁੰਦੀ ਆ, ਉਹਨਾਂ ਨੇ ਕਦੇ ਵੀ ਜਵਾਬ ਨਹੀਂ ਦਿੱਤਾ। ਗੱਲ ਹੋਵੇ ਜ਼ਰੂਰ ਦੱਸੀ ਹੈ ਨਾ, ਕਿੱਦਾਂ ਵੀ ਆ। ਅਤੇ ਮੈਂ ਕਦੇ ਨਹੀਂ ਸੀ ਸੋਚਿਆ ਕਿ ਇੰਨੀ ਹੈਲਪ ਮਿਲੂਗੀ ਵੀ, ਕਿਉਂਕਿ ਮੈਂ ਸੁਣਿਆ ਹੋਇਆ ਲੋਕ ਇੱਥੇ ਕਹਿੰਦੇ ਆ, ਇੱਥੇ ਆਉਣ ਤੋਂ ਪਹਿਲਾਂ ਵੀ ਬੜੇ ਜਣੇ ਨੇ ਐਕਸਪੀਰੀਅੰਸ ਕੀਤਾ ਹੋਇਆ, ਸੈਲਫ ਐਕਸਪੀਰੀਅੰਸ ਦੱਸਦੇ ਹੁੰਦੇ ਕਿ ਇੱਥੇ ਕੋਈ ਸਕਾ ਰਿਸ਼ਤੇਦਾਰ ਨਹੀਂ ਬਣਦਾ ਹੁੰਦਾ ਹੈ ਨਾ, ਪਰ ਨਹੀਂ। ਮੈਂ ਤਾਂ ਇਹ ਕਹੂੰਗੀ ਕਿ ਨਹੀਂ ਬਈ, ਇਹ ਚੀਜ਼ ਗਲਤ ਆ, ਕਿਉਂਕਿ ਮੈਂ ਚੀਜ਼ ਉਹ ਮੰਨਦੀ ਜਿਹੜੀ ਮੇਰੇ ਨਾਲ ਹੋਈ ਹੋਵੇ ਹੈ ਨਾ। ਬਾਕੀ ਹਰੇਕ ਦੀ ਲਾਈਫ ਆਪੋ ਆਪਣੀ ਹੁੰਦੀ ਆ, ਹਰੇਕ ਦੇ ਨਾਲ ਵੱਖੋ ਵੱਖਰੀ ਬੀਤਦੀ ਆ, ਜਿੱਦਾਂ ਵੀ ਹੁੰਦਾ। ਅਤੇ ਹੁਣ ਅੱਜ ਵੀ ਉਹਨਾਂ ਨੇ ਆਉਣਾ, ਅਤੇ ਸਮਾਨ ਬਹੁਤ ਜ਼ਿਆਦਾ ਸੀਗਾ ਥੋੜ੍ਹਾ ਜਿਹਾ ਹੈਵੀ, ਅਤੇ ਉਹ ਮੇਰੇ ਤੋਂ ਨਹੀਂ ਚੱਕਿਆ ਜਾਣਾ ਸੀ। ਫਿਰ ਰਾਜਵੀਰ ਉਹਨੇ ਕਹਿੰਦੀ ਆ ਕੋਈ ਨਾ ਅਸੀਂ ਆ ਜਾਵਾਂਗੇ। ਬਾਕੀ ਇੱਥੇ ਦੀਦੀ ਨੇ ਇੱਕ ਸਰਬਜੀਤ ਦੀਦੀ, ਉਹ ਵੀ ਬਹੁਤ ਜ਼ਿਆਦਾ ਹੈਲਪ ਕਰਦੇ ਨੇ, ਜਿੱਦਾਂ ਮੈਨੂੰ। ਮੈਂ ਕਈ ਵਾਰੀ ਉਹਨਾਂ ਨਾਲ ਵੀ ਗੱਲ ਗੁੱਲ ਕਰਦੀ ਹਾਂ, ਕਿਉਂਕਿ ਪਹਿਲਾਂ ਅਸੀਂ ਇਕੱਠੇ ਹੀ ਕੰਮ 'ਤੇ ਜਾਂਦੇ ਸੀ। ਅਤੇ ਉਹ ਦੀਦੀ ਮੈਨੂੰ ਕਹਿੰਦੇ, ਮੈਂ ਪੁੱਛਣਾ ਦੀਦੀ ਆਹ ਚੀਜ਼ ਕਿੱਥੋਂ ਮਿਲੂਗੀ ਜਾਂ ਇੱਦਾਂ ਉੱਦਾਂ। ਉਹਨਾਂ ਨੇ ਮਤਲਬ ਉਹਨਾਂ ਕੋਲ ਹੁੰਦੀ ਤਾਂ ਉਹਨਾਂ ਨੇ ਇੱਦਾਂ ਹੀ ਕਹਿ ਦਿੰਦੇ ਹੁੰਦੇ ਕਿ ਨਹੀਂ ਕੋਈ ਨਾ, ਮੇਰੇ ਕੋਲ ਹੈਗੀ ਹੈ ਤੂੰ ਇਹੀ ਯੂਜ਼ ਕਰ ਲਾ, ਇਹ ਹੀ ਲੈ ਲਾ ਇੱਦਾਂ। ਇੱਕ ਦੋ ਚੀਜ਼ਾਂ 'ਚ ਇੱਦਾਂ ਹੀ ਹੋਇਆ, ਅਤੇ ਬਹੁਤ ਵਧੀਆ ਨੇਚਰ ਉਹਨਾਂ ਦਾ ਵੀ। ਬਸ ਗੱਲ ਇਹ ਕਿ ਇੰਨੀ ਜ਼ਿਆਦਾ ਹੈਲਪ ਮੈਂ ਕਦੇ ਵੀ ਸੋਚੀ ਵੀ ਨਹੀਂ ਸੀ ਕਿ ਹਾਂ ਕੈਨੇਡਾ ਵਰਗੀ ਕੰਟਰੀ 'ਚ ਮੈਨੂੰ ਇੰਨੀ ਜ਼ਿਆਦਾ ਹੈਲਪ ਮਿਲੂਗੀ। ਅਤੇ ਸਾਰਿਆਂ ਦਾ ਥੈਂਕ ਯੂ ਸੋ ਮੱਚ ਜੀ, ਬਹੁਤ ਜ਼ਿਆਦਾ ਧੰਨਵਾਦ ਸਭ ਦਾ। ਅੱਜ ਮੈਂ ਰੋਊਂਗੀ ਨਹੀਂ, ਥੋੜ੍ਹਾ ਜਿਹਾ ਸਹੀ ਹੋ ਕੇ ਬੋਲਦੀ ਪਈ ਹਾਂ, ਹੁਣ ਮੈਂ ਰੋਣਾ ਘਟਾ ਰਹੀ ਹਾਂ। ਅਤੇ ਚਲੋ, ਦੁੱਧ ਦੁੱਧ ਪੀ ਲਿਆ ਆਪਾਂ, ਅਤੇ ਫਿਰ ਆਪਾਂ ਤੁਰਨਾ ਆ। ਥੋੜ੍ਹੇ ਟਾਈਮ ਦੇ ਵਿੱਚ ਆਪਾਂ ਉਹਨੂੰ ਕਾਲ ਕਰਨਾ, ਹਜੇ ਤਾਂ ਛੁੱਟੀਆਂ ਪਈਆਂ ਹੋਣੀਆਂ ਉਹਨੂੰ ਵਿਚਾਰੀ ਨੂੰ, ਮੇਰੇ ਕਰਕੇ ਉੱਠਣਾ ਪੈਣਾ, ਅਦਰਵਾਈਜ਼ ਛੁੱਟੀ ਵਾਲੇ ਦਿਨ ਲੇਟ ਹੀ ਉੱਠਦੀਆਂ ਹੁੰਦੀਆਂ। ਸੋ ਚਲੋ ਠੀਕ ਆ, ਬਾਏ ਬਾਏ, ਕਰਦੇ ਹਾਂ ਗੱਲ। Bye. ਉਹ ਬੇਬੀ ਸੀ, ਬਾਏ ਕਰਕੇ ਜਾਂਦੀ ਸੀ, ਜਦੋਂ ਇੱਧਰ ਨੂੰ ਜਾਂਦੀ ਉੱਧਰ ਨੂੰ ਜਾਂਦੀ। ਹਾਂਜੀ ਹਾਂਜੀ, ਸੋਰੀ ਸੋਰੀ, ਵਲੌਗ ਬਣਾਉਂਦਾ ਜਿੱਥੇ ਹੀ ਭੁੱਲ ਗਿਆ, ਫਿਰ ਘਰੋਂ ਭੱਜਿਆ ਹੀ ਉੱਦਾਂ ਹੀ। ਅਤੇ ਆਪਾਂ ਚੱਲੇ ਹਾਂ ਹੁਣ ਕੰਮ 'ਤੇ, ਥੋੜ੍ਹਾ ਜਿਹਾ ਨਾ ਜਲਦੀ ਜਾਣਾ ਪੈ ਗਿਆ, ਜਿਹਦੇ ਕਰਕੇ ਹੁਣ ਰਾਜਵੀਰ ਹੋਣਾਂ ਨਾਲ ਵੀ ਮੇਰੀ ਗੱਲ ਨਹੀਂ ਹੋਈ। ਅਤੇ ਹੁਣ ਆਉਂਦੇ ਹੋਏ ਆਪਾਂ ਜਾਵਾਂਗੇ ਗਰੋਸਰੀ ਕਰਨ। ਕੋਈ ਨਾ, ਦੀਦੀ ਦੀ ਕਾਲ ਆ ਗਈ ਸੀ ਕੰਮ, ਤਾਂ ਕਰਕੇ ਥੋੜ੍ਹਾ ਜਿਹਾ ਜਲਦੀ ਜਾਣਾ ਪੈਣਾ। ਅਤੇ ਹੁਣ ਆਪਾਂ ਚੱਲੇ ਹਾਂ, ਸੋ ਚੱਲੇ 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 ਹਾਂ। ਅਤੇ ਆਉਂਦੇ ਹੋਏ ਫਿਰ ਆਪਾਂ ਕਰਾਂਗੇ ਗਰੋਸਰੀ। ਹਜੇ ਰਾਜਵੀਰ ਹੋਣਾਂ ਨੂੰ ਵੀ ਮੈਂ ਇਨਫੋਰਮ ਕਰਨਾ, ਹਜੇ ਉਹਨਾਂ ਨੂੰ ਵੀ ਨਹੀਂ ਕੀਤਾ। ਅਤੇ ਛੇਤੀ ਆ ਜਾ, ਜੀ ਨਹੀਂ ਲੱਗਦਾ, ਬੜਾ ਔਖਾ ਸੋਚੀ ਇੱਥੇ। ਚੱਲ ਕੋਈ ਨਾ, ਹੱਸੀ ਹੱਸੀ ਜਾਂਦੇ ਹਾਂ ਉਨਾ ਟਾਈਮ, ਔਖੇ ਸੌਖੇ। ਅਤੇ ਦੇਖ ਲਓ ਆਪਾਂ ਬੱਸ ਸਟੋਪ 'ਤੇ ਬੈਠੇ ਹਾਂ, ਆਏ ਤਾਂ ਬੜੇ ਦਿਨਾਂ ਬਾਅਦ ਬੱਸ 'ਤੇ ਚੜ੍ਹਨਾ। ਬੱਸ ਆਉਣੇ ਮੈਂ ਵੀ ਥੋੜ੍ਹਾ ਸਾ ਟਾਈਮ ਹੈ, ਸੋ ਇਸ ਲਈ ਹਮ ਹੈਪੀ ਸੇ ਬਾਤ ਕਰੇਂਗੇ। ਅਤੇ ਠੀਕ ਹੈ ਫਿਰ, ਚਲੋ ਚਲੋ ਕਰਦੇ ਹਾਂ ਆਪਾਂ ਗੱਲ, ਬਾਏ ਬਾਏ।
ਬਾਲ ਬਾਲ ਹਾਏ ਜਮਾਂ ਖਿਲਰੇ ਪਏ ਹਾਂਜੀ ਹਾਏ ਹਾਏ ਭੁੱਤ ਨਹੀਂ ਭੁੱਲੀ ਪਈ ਆ ਕੰਮ 'ਤੇ ਹੀ ਆਪਾਂ ਬਰੇਕ ਹੋਈ ਸੀ ਪ੍ਰਭੂ ਚਲੋ ਫਿਰ ਮਿਲਦੇ ਹਾਂ ਭੁੱਖ ਲੱਗੀ ਪਈ ਆ ਟਾਟਾ ਬਾਏ ਸੌਰੀ ਅੱਜ ਦੇ ਵਲੌਗ ਦੀ ਜਮਾਂ ਤਹਿਸ ਨਹਿਸ ਹੋ ਗਈ ਮੈਂ ਹੁਣ ਰਸਤੇ 'ਚ ਹਾਂ ਰਸਤੇ 'ਚ ਐਵੇਂ ਕਿਸੇ ਕੰਮ ਤੋਂ ਨਿਕਲ ਪਈ ਹਾਂ ਅਤੇ ਮੈਂ ਬੱਸ ਸਟੋਪ 'ਤੇ ਖੜ੍ਹੀ ਹੋਈ ਹਾਂ ਹੁਣ ਅਤੇ ਮੈਂ ਤੁਹਾਨੂੰ ਇਹ ਦੱਸਣਾ ਸੀ ਕਿ ਮੈਂ ਫਿਰ ਕੰਮ 'ਤੇ ਆ ਗਈ ਥੋੜ੍ਹਾ ਜਲਦੀ ਅਤੇ ਫਿਰ ਰਾਜਵੀਰ ਨੇ ਮੈਸੇਜ ਕਰਤਾ ਉਹ ਕਹਿੰਦੀ ਮੈਸੇਜ ਲਾਈਕ ਮੈਨੂੰ ਟੈਕਸਟ ਕਰਦੇ ਕੀ ਚਾਹੀਦਾ ਹੈ ਨਾ ਮੈਂ ਆਪੇ ਲੈ ਆਉਂਦੀ ਹਾਂ ਫਿਰ ਹੁਣ ਉਹ ਵਿਚਾਰੀ ਆਪੇ ਜਾ ਕੇ ਲੈ ਕੇ ਆਈ ਅਤੇ ਹੁਣ ਉਹਨੇ ਸਾਰਾ ਕੁਝ ਲਿਆਤਾ ਉੱਦਾਂ ਹੀ ਅਤੇ ਹੁਣ ਮੈਂ ਜਾਣ ਨਹੀਂ ਪਈ ਹਾਂ ਹਜੇ ਜਾਣਾ ਆਈ ਮੀਨ ਹਜੇ ਬੱਸ ਨਹੀਂ ਆਈ ਪਤਾ ਨਹੀਂ ਹੁਣ ਤੁਹਾਨੂੰ ਸੁਣਦਾ ਵੀ ਹੋਣਾ ਕਿ ਨਹੀਂ ਬੱਸ ਨੇ ਹਜੇ 5-6 ਮਿੰਟ ਰਹਿ ਗਏ ਆਉਣ 'ਚ ਅਤੇ ਉਹ ਵਿਚਾਰੀ ਹੁਣ ਉਹਨੂੰ ਲਿਆਉਣਾ ਪਿਆ ਸਮਾਨ ਜਾ ਕੇ ਥੈਂਕ ਯੂ ਸੋ ਮੱਚ ਰਾਜਵੀਰ ਯਾਰ ਸੱਚੀ ਮੈਨੂੰ ਇੰਨਾ ਸਪੈਸ਼ਲ ਜਿਹਾ ਫੀਲ ਹੁੰਦਾ ਵਿਚਾਰੀ ਜੀ ਨੇ ਇੰਨਾ ਹੈ ਨਾ ਕਿ ਆਪੇ ਜਾ ਕੇ ਲੈ ਕੇ ਆਉਂਦਾ ਇੱਦਾਂ ਥੈਂਕ ਯੂ ਬਾਈ ਅਤੇ ਹੁਣ ਚੱਲੀ ਹਾਂ ਘਰੇ ਫਿਰ ਹੁਣ ਵਲੌਗ 'ਚ ਵਿਖਾਉਣ ਵਾਲਾ ਤਾਂ ਕੋਈ ਨਹੀਂ ਮੈਂ ਰਾਜਵੀਰ ਮੈਂ ਸੋਚਿਆ ਸੀ ਵਲੌਗ ਵਾਵਾ ਲੰਮਾ ਚੌੜਾ ਬਣੂ ਉਹਨਾਂ ਨੇ ਆਉਣਾ ਫਿਰ ਮੈਂ ਕੰਮ 'ਤੇ ਜਾਣਾ ਅਤੇ ਇਹ ਤਾਂ ਮੈਨੂੰ ਲੱਗਦਾ ਥੋੜ੍ਹਾ ਜਿਹਾ ਹੀ ਬਣਿਆ ਹੋਣਾ 2 ਕੁ ਮਿੰਟ ਦਾ ਚਲੋ ਕੋਈ ਨਾ ਅਤੇ ਮੇਰੇ ਡਾਇਲੋਗ ਕਮੈਂਟ ਸੈਕਸ਼ਨ 'ਚ ਮੈਂ ਪੜ੍ਹਦੀ ਹੁੰਦੀ ਹਾਂ ਚਲੋ ਕੋਈ ਨਾ ਚਲੋ ਕੋਈ ਨਾ ਚੱਲ ਕੋਈ ਨਾ ਚੱਲ ਕੋਈ ਨਾ ਇੱਥੇ ਖੜ੍ਹੀ ਹੋਈ ਹਾਂ ਮੈਂ ਅਤੇ ਹੁਣ ਮੈਂ ਉਹ ਕਰਦੀ ਪਈ ਹਾਂ ਬਸ ਦੀ ਵੇਟ ਚਿੱਤੇ ਭੁੱਲ ਗਿਆ ਕਿ ਮੈਨੂੰ ਨਹੀਂ ਇੱਧਰ ਕੋ ਜਾਣਾ ਹੈ ਔਰ ਵੇਟ ਹਾਂ ਇੱਧਰ ਸੇ ਕਰ ਰਹੇ ਹੈ ਸੋ ਆ ਜਾਣੀ ਬਸ ਇਹ ਜਲਦੀ ਜਲਦੀ ਮੈਂ ਘਰੇ ਜਾਣਾ ਅੱਜ ਮੈਨੂੰ ਭੁੱਲਣ ਦੇ ਦੌਰੇ ਪਈ ਜਾਂਦੇ ਵਾਰੀ ਵਾਰੀ ਅਤੇ ਉਹ ਰਾਜਵੀਰ ਹੋਣਾ ਦਾ ਆਉਣਾ ਵੀ ਕਿਸੇ ਵਜ੍ਹਾ ਕਰਕੇ ਕੈਂਸਲ ਹੋ ਗਿਆ ਉਹ ਹੁਣ ਸੁਬਾਹ ਆਉਣਗੀਆਂ ਅਤੇ ਕੁੱਲ ਮਿਲਾ ਕੇ ਸਾਰਾ ਵਲੌਗ ਹੀ ਗਲਤ ਹੋ ਗਿਆ नहीं ये मजाक हो रहा है एक सेकंड यार मजाक हो रहा है नहीं ये हम यहाँ पे क्या करने आए हैं हम फिर हम फिर की करिए चल कोई ना जिद्दां दा भी बनिया हुण मैं इहनूं कल नूं कल दे नाल ऐड करूंगी ठीक है ते जे कुछ बन गई तुक जी ते लव कर दांगे फ्लोट नहीं तां तां वी कर दांगे देखी जाओ फिर ते कोई ना देखते हैं ठीक है ਚਲੋ ਹੁਣ ਆਪਾਂ ਆ ਗਏ ਹਾਂ ਅਤੇ ਮੂੰਹ ਮਾਂ ਧੋ ਲਿਆ ਹੁਣ ਮੈਂ ਅਤੇ ਬਸ ਹੁਣ ਮੈਂ ਪੈਣਾ ਹੀ ਹਾਂ ਹੈਪੀ ਨੇ ਗੱਲ ਕਰਨੀ ਆ ਬਾਏ ਬਾਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਰਾਜਵੀਰ ਹੋਣੀ ਹੁਣ ਆਉਂਦੀਆਂ ਪਈਆਂ ਸਮਾਨ ਫੜਾਉਣ ਹੈ ਨਾ ਅਤੇ ਉਹ ਜਿਹੜਾ ਸਾਰਾ ਵਲੌਗ ਉਲਟ ਉਲਟ ਹੋਇਆ ਪਿਆ ਸੀ ਆਉਂਦੀਆਂ ਪਈਆਂ ਉਹ ਥੋੜ੍ਹਾ ਜਿਹਾ ਹੌਚ ਪੌਚ ਹੋ ਗਈ ਉਦੋਂ ਮੈਨੂੰ ਵੀ ਥੋੜ੍ਹਾ ਜਿਹਾ ਜਲਦੀ ਜਾਣਾ ਪੈ ਗਿਆ ਅਤੇ ਤਾਂ ਕਰਕੇ ਥੋੜ੍ਹਾ ਜਿਹਾ ਸਾਰਾ ਕੁਛ ਗਲਤ ਜਿਹਾ ਹੋ ਗਿਆ ਅਤੇ ਹੁਣ ਉਹ ਆਉਂਦੀਆਂ ਪਈਆਂ ਅਤੇ ਹਨੇਰਾ ਹੁਣ ਪਤਾ ਨਹੀਂ ਜਿੱਦਾਂ ਵੀ ਹੋਇਆ ਚਲੋ ਤੁਹਾਨੂੰ ਉਦੋਂ ਤਾਂ ਫਿਰ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਣਾ ਸੀ ਸ਼ੂਟ ਹੁਣ ਮਿਲਣ ਦਾ ਥੋੜ੍ਹਾ ਜਿਹਾ ਘੱਟ ਹੋ ਪਊਗਾ ਚਲੋ ਜਿੰਨਾ ਕੁ ਹੋਇਆ ਹੈ ਨਾ ਅਤੇ ਉਹ ਵਿਚਾਰੀਆਂ ਹੁਣ ਇੰਨੇ ਉਹਨਾਂ ਉਹਨਾਂ ਨੂੰ ਜੱਬ ਪਿਆ ਹੋਇਆ ਉਹ ਮੇਰੇ ਕਰਕੇ ਹੁਣ ਉਹ ਵਿਚਾਰੀਆਂ ਇੱਧਰ ਸਮਾਨ ਛੱਡਣ ਆਉਂਦੀਆਂ ਪਈਆਂ ਆਈ ਤਾਂ ਨਹੀਂ ਹੈਗੀ ਫੋਨ ਤਾਂ ਕਰਤਾ ਸੀ ਆ ਗਿਆ ਇਹੀ ਆ ਨਾ ਇੱਕ ਤਾਂ ਪਤਾ ਵੀ ਨਹੀਂ ਲੱਗਦਾ ਗਾ ਕਿ ਉਹੀ ਆ ਨਾ ਹੋਰ ਨਾ ਕੋਈ ਹੋਰ ਹੀ ਹੋਵੇ ਹਾਂ ਇਹ ਰਾਜਵੀਰ ਹੋਣੀ ਹੋਈ ਆ ਯਾਰ ਡਰ ਹੀ ਲੱਗਦਾ ਮੈਨੂੰ ਲੱਗਾ ਕੋਈ ਹੋਰ ਹੀ ਨਾ ਹੋਵੇ ਇਹ ਦੇਖੀਏ ਨਿੱਕੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ
आ गए हैं राजवीर होनी, लेट आए हैं, व्लॉग सारा खराब करता है इन्होंने। अगे कट्ठे कट्ठे बनाने से निकी एंड राजवीर हैलो कर दे सारे नू। ते मैं सारे नू दसना चाहनी कि इन्होंने अपनी बड़ी ज़्यादा हेल्प की, ते हुण भी करदे पे। कुड़ियां शर्मा गई हैं। फिर बाय बाय चलियाँ हूँ, रख जाओ, बाय बाय। हाँ जी, तो राजवीर होनी हम चली गई हैं, अपन समान फटा दिया सारा है ना, तो हूँ आप सोना हो, नींद आई आती है मैनू। वैसे तो हूँ चलो काम भी थोड़ा सौखा मिल गया, हूँ पता नहीं मैं किन्ने काम चेंज किए आ इतने। ओ गॉड, एक दो तीन चार वाह वाह ही कर ले चेंज, मतलब कि है ना जेड़ा थोड़ा बहुत सैट लगता ही उत्थे चेंज कर लीजा ही। तो मतलब कि थोड़ा जिते मैं थोड़ी डिफिकल्टी आँदी सी जे जिन्ना टाइम मैं नहीं मिलता से उन्ना टाइम मैं कंटिन्यूसली रख दी, फिर उद्दे बाद मैं चेंज कर दें, हूँ बाइक होर काम चेंज कर लिया। तो बाकी मैं ये थोड़ा जहा कंफर्टेबल लगता पाया, थोड़ा नहीं काफ़ी ज़्यादा, तो जिद करके हम मैं थकावट नहीं होंगी, तो मैं नींद भी नहीं आती। कि अगे मैंने ऑन सर इदा होंगे ही, हाए मैं थक गई, हाए मेरा मेरे पैर दुखते हैं, मेरे हाथ दुखते हैं, इदा उदा, हूँ मैं इदा नहीं फील हों। तो बस वैसे ही कि चलो हम सौन का टाइम हो गया तो हम सौने इदा उदा जी, कि उदा थकावट वाली नींद नहीं आती गी। चलो थैंक यू बाबा जी, थोड़ा भी सारे का, तो घर दे नाल भी गल हो गई आ, बस हैप्पीनेस नाल नाल गल करके मैं सौ जाना, तो फिर कल दी छुट्टी ये। ते उदर नहीं मैं हुंदा कि छुट्टी होवे, क्योंकि ना छुट्टी वाले दिन बड़ा औखा लंघदा हुंदा, पर मैं इदा हुंदा छुट्टी वाले दिन ना थोड़ा ज़्यादा टाइम हैप्पी ना गल हो जाती है, है ना घरे घरे भी जिदा भी अपनी कॉल हो जाती है, उदा ना जिदन भी जिम्मे काम से जाना हुंदा पहला भज भज के जिदा भी है ना कि नहाना वगैरह हुंदा, ते जिदा किचन दे विच हुंदा है ना, ते उदा ही सारा टाइम टूम जाना गया हुंदा, गल करन दा चाचना टाइम ही नहीं लगता, फिर छुट्टी वाले दिन घरे गल हो जाती है। ते सब होर तो कोई नहीं, फिर मैं जो सारे सौ जाते फिर उदू बाद मेरा टाइम लगाना औखा हों, फिर उदू मैं ए हों हाए काश छुट्टी ना ही होंगी अज। चलो कोई ना, तो गुड बाय सारे, उम्मीद करते हैं सारे वधिया होंगे तो वधिया रहेंगे, तो बस जल्दी जल्दी हैप्पी नू इधर इधर उन्ना टाइम मैं खुश रहूँगी, खुश रखने की कोशिश करूँगा अपने आप को, हाँ नहीं रोना ज़्यादा। चलो ठीक है, बाय।